खालसा वाहिगुरू जी की फतेह। तुसी देख रहे हो सिंहनाद टीवी। सिंहनाद टीवी तुहाडी अपनी आवाज़, कौम दी आवाज़। अज असी गलबात करनी है जो बीते कल श्री दरबार साहब अमृतसर दे विच जो घटना वापरी है तिरंगे नूं लैके, उहदे बाबत असी गलबात करनी है। मेरे नाल जुड़े हुए ने सरदार प्रभदीप सिंह यूके। सब तो पहला फतेह की सांझ पाउंदे हां सरदार प्रभदीप सिंह जी। वाहिगुरू जी का खालसा वाहिगुरू जी की फतेह जी। वाहिगुरू जी का खालसा वाहिगुरू जी की फतेह। बबरशेर जी जी, सरदार प्रभदीप सिंह जी, बीते कल जो श्री दरबार साहब अमृतसर दे विच घटना वापरी है, वो आपां जो देखी है, तुसीं भी देखी होनी वो वीडियो, जिस दे विच एक बच्ची जिहड़ी आ वो गल करदी है कि वो मूँह ते जिहड़ा तिरंगा जिहड़ा चिपका के तीन कलर जे ला के आउंदी है, जदों उत्थों सेवादार वल्लों उसनूं रोकिया जांदा है तां वो उहदे गल पै जांदी है कि ये इंडिया नहीं। तो अगों जिहड़ा जवाब मिलदा वो कहिंदा नहीं, इंडिया नहीं, पंजाब है। ਇਹ ਜੋ ਉਸ ਸੇਵਾਦਾਰ ਨੇ ਗੱਲ ਕਹੀ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਬਿਲਕੁਲ ਸਹੀ ਗੱਲ ਕਹੀ ਹੈ ਸੇਵਾਦਾਰ ਨੇ, ਜਿਹੜਾ ਜਵਾਬ ਦਿੱਤਾ ਹੈ ਨਾ ਜੀ, ਉਹ ਬਿਲਕੁਲ ਸਾਡੇ ਜਿਹੜੀ ਸਾਡੀ ਇਤਿਹਾਸਿਕਤਾ ਹੈ, ਹਿਸਟੋਰੀਸਿਟੀ ਹੈ ਸਿੱਖਾਂ ਦੀ ਜੀ, ਉਹਦੇ ਨਾਲ ਵਫਾ ਕਰਦਾ ਹੈ। ਜਦੋਂ ਇੰਡੀਆ ਨਹੀਂ ਸੀ ਉਦੋਂ ਵੀ ਦਰਬਾਰ ਸੀ ਜੀ, ਇੰਡੀਆ ਹੈ ਇਸ ਕਰਕੇ ਦਰਬਾਰ ਨਹੀਂ ਹੈ, ਸਗੋਂ ਇਹਦੇ ਉਲਟ ਹੈ ਵੀ ਇਹ ਦਰਬਾਰ ਸੀ ਇਸ ਕਰਕੇ ਇੰਡੀਆ ਹੋਂਦ ਚ ਆ ਗਿਆ ਜੀ। ਇਹ ਜਦੋਂ ਇੱਥੇ ਦਰਾਨੀ ਹਮਲੇ ਕਰਦਾ ਸੀ, ਜਿਹਨੂੰ ਅਹਿਮਦ ਸ਼ਾਹ ਅਬਦਾਲੀ ਕਹਿੰਦੇ ਆ ਜੀ, ਤੇ ਜਦੋਂ ਦਰਾਨੀ ਨੇ ਆਪਣਾ ਰਾਜ ਕਾਇਮ ਕੀਤਾ, ਜਿਹੜਾ ਅੱਜ ਦਾ ਅਜੋਕਾ ਮਾਡਰਨ ਅਫਗਾਨਿਸਤਾਨ ਹੈ, ਜਦੋਂ ਦਰਾਨੀ ਹਮਲੇ ਕਰਦਾ ਸੀ ਉਦੋਂ ਇਹ ਦਰਾਨੀਸਤਾਨ ਨਹੀਂ ਬਣ ਗਿਆ, ਅਫਗਾਨਿਸਤਾਨ ਨਹੀਂ ਸੀ ਬਣ ਗਿਆ, ਉਦੋਂ ਵੀ ਦਰਬਾਰ ਦੀ ਆਪਣੀ ਨਵੇਕਲੀ ਆਪਣੀ ਪ੍ਰਭੂ ਸੱਤਾ ਸੀ, ਆਪਣੀ ਸੋਵਰਨਟੀ ਸੀ ਜੀ। ਉਸ ਤੋਂ ਬਾਅਦ ਅੰਗਰੇਜ਼ ਆਇਆ ਜੀ, ਇਹ ਜਦੋਂ ਅੰਗਰੇਜ਼ ਆਉਂਦਾ ਹੈ, ਅੰਗਰੇਜ਼ ਇਹ ਗੱਲ ਰੈਫਰੈਂਸ ਲੰਡਨ ਦੀ ਪਾਰਲੀਮੈਂਟ, ਪੰਜਾਬ ਦਾ ਗਵਰਨਰ ਇਹ ਗੱਲ ਨੂੰ ਮੰਨਦਾ ਹੈ ਵੀ ਇਕੱਲਾ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਾ ਹੀ ਨਹੀਂ, ਹਰ ਦਰਬਾਰ ਜਿੱਥੇ ਗੁਰੂ ਗ੍ਰੰਥ ਦਾ ਸਰੂਪ ਪ੍ਰਕਾਸ਼ਮਾਨ ਹੈ ਜੀ, ਇਹ ਦਰਬਾਰ ਸਟੇਟ ਵਿਦਨ ਸਟੇਟ ਹੈ। ਸੋ ਇਹ ਜਿਹੜੀ ਗੱਲ ਅੰਗਰੇਜ਼ ਨੂੰ ਪਤਾ, ਜਿਹੜੀ ਦਰਾਨੀ ਦੇ ਦਰਾਨੀ ਨੂੰ ਪਤਾ ਸੀ, ਇਹ ਵਾਪਸ ਆਉਣਗੇ, ਬਦਲਾ ਲੈਣਗੇ, ਇਹਨਾਂ ਦੇ ਨਾਲ ਰਜਾਮੰਦੀ ਕਰਨੀ ਚਾਹੀਦੀ ਹੈ। ਇਹ ਕੀ ਗੱਲ ਹੈ, ਅਜੋਕੇ ਭਾਰਤ ਨੂੰ ਕਿਉਂ ਨੀ ਪਤਾ ਇਸ ਗੱਲ ਦਾ ਵੀ ਦਰਬਾਰ ਹੈ, ਦਰਬਾਰ ਦੀ ਆਪਣੀ ਹੋਂਦ ਹੈ, ਜਿਵੇਂ ਯੂਰਪ ਦੇ ਅੰਦਰ ਵੈਟੀਕਨ ਸਿਟੀ ਹੈ ਜੀ, ਦਰਬਾਰ ਦਾ ਪਦਵਾ ਪਦਵੀ ਜਿਹੜੀ ਉਸ ਤੋਂ ਵੀ ਅੱਗੇ ਹੈ। ਦਰਬਾਰ ਉਹ ਹੈ ਜਿੱਥੇ ਮੀਰੀ ਤੇ ਪੀਰੀ ਦੋਵੇਂ ਸੋਧਦੀਆਂ ਨੇ ਜੀ। ਹੁਣ ਮੀਰੀ ਪੀਰੀ ਕੀ ਹੈ, ਮੀਰੀ ਪੀਰੀ ਗੁਰਬਾਣੀ ਦਾ ਸੰਕਲਪ ਹੈ, ਰਾਜ ਯੋਗ ਤਖਤ ਦੀਨ ਗੁਰੂ ਰਾਮਦਾਸ ਜੀ, ਰਾਜ ਤੇ ਯੋਗ ਦਾ ਜਿੱਥੇ ਸੁਮੇਲ ਹੈ ਇਹ ਉਹ ਦਰਬਾਰ ਹੈ, ਤੇ ਇਹ ਰਾਜ ਤੇ ਯੋਗ ਦਾ ਸੁਮੇਲ ਟੈਂਪਰਲ ਨਹੀਂ ਹੈ, ਟੈਂਪਰੇਰੀ ਨਹੀਂ ਹੈ, ਸਦਾ ਰਹਿਣ ਵਾਲਾ ਸਦੀਵੀ ਹੈ ਜੀ। ਜਿਹੜਾ ਨੇਸ਼ਨ ਸਟੇਟ ਹੈ ਇਹਦਾ ਕੋਈ ਪਤਾ ਨਹੀਂ ਹਾਲਾਤ ਬਦਲਣ ਤੇ ਨੇਸ਼ਨ ਜਿਹੜੀ ਇੱਕ ਸਟੇਟ ਟੁੱਟ ਜਾਏ ਜੀ, ਬਿਲਕੁਲ ਇੱਕ ਸਟੇਟ ਟੁੱਟ ਜਾਏ ਉਹਦੇ ਵਿੱਚੋਂ ਅਨੇਕਾਂ ਨੇਸ਼ਨ ਨਿਕਲ ਆਉਣ, ਉਹ ਟੁੱਟ ਸਕਦਾ ਹੈ, ਉਹ ਬਦਲ ਸਕਦਾ ਹੈ, ਪਰ ਦਰਬਾਰ ਦਾ ਜਿਹੜਾ ਸੰਕਲਪ ਹੈ ਉਹ ਸੰਦੀਵੀ ਹੈ ਜੀ। ਇਸ ਕਰਕੇ ਦਰਬਾਰ ਦੇ ਅੰਦਰ ਇੰਡੀਆ ਹੋਵੇ ਇਹ ਗੱਲ ਤੇ ਮੰਨੀ ਜਾ ਸਕਦੀ, ਪਰ ਇੰਡੀਆ ਅੰਦਰ ਦਰਬਾਰ ਨਹੀਂ ਹੈ। ਦਰਬਾਰ ਜਦੋਂ ਦਰਬਾਰ ਦੇ ਅੰਦਰ ਵੜ ਗਿਆ ਉਹ ਕੇਵਲ ਦਰਬਾਰ ਹੈ, ਉੱਥੇ ਕਿਸੇ ਇੰਡੀਆ ਦਾ ਟ੍ਰਾਈ ਕਲਰ, ਬੇਸ਼ੱਕ ਇੰਡੀਆ ਦੇ ਅੰਦਰ ਟ੍ਰਾਈ ਕਲਰ ਤਿਰੰਗੇ ਦੇ ਅੰਦਰ ਉਸ ਤੋਂ ਬਾਹਰ ਜੀ ਉਹਦੀ ਰਿਸਪੈਕਟ ਹੋ ਸਕਦੀ ਹੈ, ਪਰ ਜਦੋਂ ਦਰਬਾਰ ਦੇ ਅੰਦਰ ਜਾਣਾ ਵਾ ਉਦੋਂ ਐਸਾ ਸੰਕੇਤ ਲੈ ਕੇ ਕਿਸੇ ਦਾ ਵੀ ਹੱਕ ਨਹੀਂ ਉਹ ਨਾਲ ਹੱਥ ਚ ਫੜ ਕੇ ਜਾਵੇ ਤੇ ਸਾਹਮਣੇ ਜਿਹੜਾ ਸਾਡਾ ਪੀਰੀ ਦਾ ਸਿਧਾਂਤ ਉਹਨੂੰ ਚੈਲੰਜ ਕਰੇ। ਸੋ ਇਸ ਕਰਕੇ ਇਹ ਇੱਕ ਵੱਡੀ ਸ਼ਰਾਰਤ, ਇੱਕ ਹਮੇਸ਼ਾ ਹੀ ਜੋ ਸਿੱਖਾਂ ਨੂੰ ਆਈਸੋਲੇਟ ਕਰਨ ਵਾਸਤੇ ਜਿਵੇਂ ਕਿ ਪਿੱਛੇ ਚੱਲੀ ਹੈ ਮੀਡੀਆ ਵੱਲੋਂ, ਜਿਹੜਾ ਗੋਦੀ ਮੀਡੀਆ ਹੈ ਜੀ, ਜਾਂ ਉਸ ਤੋਂ ਪਹਿਲਾਂ ਕਿਸਾਨ ਮੋਰਚੇ ਦੇ ਦੌਰਾਨ ਵੀ ਚੱਲੀ ਹੈ,
ਵੀ ਸਿੱਖਾਂ ਨੂੰ ਆਈਸੋਲੇਟ ਕਰੋ, ਇਹਨਾਂ ਨੂੰ ਅੱਤਵਾਦੀ ਬਣਾ ਕੇ ਪੇਸ਼ ਕਰ ਦਿਓ, ਇਹਨਾਂ ਨੂੰ ਟੈਰਰਿਸਟ ਬਣਾ ਕੇ ਪੇਸ਼ ਕਰ ਦਿਓ ਜੀ। ਇਹ ਜੀ ਬੜੇ ਇੰਪੇਸ਼ੈਂਟ ਨੇ। ਦਰਬਾਰ ਦੀ ਆਪਣੀ ਮਰਿਆਦਾ ਹੈ। ਜਿਹੜੀ ਗੱਲ ਤੁਸੀਂ ਸਵਾਲ ਮੈਨੂੰ ਪੁੱਛਿਆ ਹੈ ਉਹ ਬੱਚੀ ਪਹਿਲਾਂ ਜਿਹੜੀ ਹੈ ਉਸ ਦਰਬਾਰ ਦੇ ਅੰਦਰ ਜੋ ਇਨਫੋਰਮੇਸ਼ਨ ਮਿਲੀ ਹੈ ਵੀ ਪਹਿਲਾਂ ਉਹ ਸਕਰਟ ਪਾ ਕੇ ਜਾਂਦੀ ਹੈ, ਜੀ ਉਹਨੂੰ ਰੋਕਿਆ ਜਾਂਦਾ ਵਾ ਵੀ ਤੂੰ ਨਹੀਂ ਜਾ ਸਕਦੀ ਜੀ, ਜੋ ਕਿ ਬਿਲਕੁਲ ਸਹੀ ਹੈ, ਦਰਬਾਰ ਦੀ ਮਰਿਆਦਾ ਨਹੀਂ ਹੈ। ਇਹ ਤੇ ਫਿਰ ਇਲਾਹੀ ਦਰਬਾਰ ਹੈ, ਨਿਰੰਕਾਰੀ ਅਕਾਲੀ ਦਰਬਾਰ ਹੈ ਕਿ ਬਿਨਾਂ ਕੋਟ ਪੈਂਟ ਤੋਂ ਇਹਨਾਂ ਦੇ ਆਪਣੇ ਦਰਬਾਰਾਂ ਦੇ ਅੰਦਰ ਮੰਤਰੀ ਵੀ ਜਾਂਦੇ ਨੇ ਕਿ ਉੱਥੋਂ ਦੀਆਂ ਜਿਹੜੀਆਂ ਮਹਿਲਾ ਮੰਤਰੀ ਨੇ ਕਦੀ ਕੈਜੂਅਲ ਡਰੈਸ ਦੇ ਵਿੱਚ ਅੰਦਰ ਜਾਂਦੀਆਂ ਨੇ, ਉਹ ਵੀ ਫਾਰਮਲ ਡਰੈਸ ਚ ਅੰਦਰ ਜਾਂਦੀਆਂ ਨੇ। ਬਿਲਕੁਲ ਇਹਨਾਂ ਦੇ ਆਪਣੇ ਟੈਂਪਰੇਰੀ ਦਰਬਾਰ ਦੀ ਮਰਿਆਦਾ ਹੈ। ਤੇ ਜਿਹੜਾ ਪਰਮਾਨੈਂਟ ਦਰਬਾਰ ਹੈ, ਜਿਹੜਾ ਅਕਾਲੀ ਦਰਬਾਰ ਹੈ, ਗੁਰੂ ਦਰਬਾਰ ਹੈ, ਜਿਹੜਾ ਸਦੀਵੀ ਹੈ, ਜਿਹੜਾ ਟੁੱਟਣਾ ਨਹੀਂ ਜੀ, ਉਹਦੀ ਕੋਈ ਮਰਿਆਦਾ ਨਹੀਂ ਕਿ ਜਿਹੜਾ ਮਰਜ਼ੀ ਮੂੰਹ ਚੁੱਕੇ ਜਿੱਦਾਂ ਮਰਜ਼ੀ ਅੰਦਰ ਵੜ ਜੇ ਜੀ। ਉਹ ਇਸ ਕਰਕੇ ਜਿਹੜੀ ਗੱਲ ਪਹਿਰੇਦਾਰ ਨੇ ਕਹੀ ਹੈ ਉਹ ਬਿਲਕੁਲ ਸਹੀ ਕਹੀ ਹੈ ਵੀ ਇਹ ਇੰਡੀਆ ਨਹੀਂ ਹੈ ਜੀ, ਇੱਥੇ ਇੰਡੀਆ ਦਾ ਰੂਲ। ਤੁਸੀਂ ਕੱਲ ਨੂੰ ਕਹੋਗੇ ਵੀ ਹੱਥ ਤਿਰੰਗੇ ਫੜ ਕੇ 10 ਬੰਦੇ ਅੰਦਰ ਜਾ ਕੇ ਮਾਰਚ ਕਰਨਾ ਚਾਹੁੰਦੇ ਨੇ, ਹਾਲਾਂਕਿ ਬਾਜ਼ਾਰ ਚ ਸੜਕ ਤੇ ਹੋਰ ਜਿੱਥੇ ਮਰਜ਼ੀ ਕਰ ਸਕਦੇ ਨੇ ਜੀ, ਪਰ ਜੇ ਤੁਸੀਂ ਕਹੋ ਵੀ ਇੱਥੇ ਕਰ ਸਕਦੇ ਨੇ, ਇੱਥੇ ਅਲਾਊਡ ਨਹੀਂ ਹੈ ਜੀ। ਇੰਡੀਆ ਦੇ ਝੰਡੇ ਦਾ ਇਤਿਹਾਸ ਹੈ ਜੀ, 1947 ਤੋਂ ਸ਼ੁਰੂ ਹੋਇਆ ਵਾ ਜੀ, ਬਿਲਕੁਲ। ਸੋ ਜਿਹੜਾ ਦਰਬਾਰ ਦਾ ਅਕਾਲੀ ਇਤਿਹਾਸ ਹੈ, ਜਿਹਨੂੰ ਅਸੀਂ ਅਕਾਲ ਤਖ਼ਤ ਕਹਿੰਦੇ ਜਾਂ ਅਕਾਲ ਬੁੰਗਾ ਕਹਿੰਦੇ ਆ ਜੀ, ਇਹ ਜਦੋਂ ਦੀ ਸ੍ਰਿਸ਼ਟੀ ਹੋਂਦ ਚ ਆਈ ਹੈ। ਇਹ ਕੇਵਲ ਸਾਨੂੰ ਦੇਖਣ ਦੇ ਰੂਪ ਦੇ ਵਿੱਚ, ਸਥੂਲ ਰੂਪ ਦੇ ਵਿੱਚ ਹੁਣ ਨਜ਼ਰ ਆਉਂਦਾ ਹੈ, ਪਰ ਇਹ ਅਕਾਲੀ ਸਿਧਾਂਤ ਉਹੀ ਹੈ ਜਿਹਨੂੰ, ਜਿਸ ਅਕਾਲੀ ਸਿਧਾਂਤ ਦਾ ਵਰਣਨ ਗੁਰੂ ਕਰਦੇ ਨੇ, ਭੈ ਵਿੱਚ ਪਵਨ ਵਹੇ ਸਦਮਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਵੀ ਇਸ ਅਕਾਲ ਤਖ਼ਤ ਦੇ ਅਕਾਲ ਪੁਰਖ ਦੇ ਹੁਕਮ ਦੇ ਅੰਦਰ ਪਵਨ ਵਗਦੀ ਹੈ, ਪਵਨ ਵਗਦੀ ਹੈ, ਦਰਿਆ ਚੱਲਦੇ ਨੇ ਜੀ, ਅਗਨ ਕੱਢੇ ਵਿਕਾਰ, ਅਗਨੀ ਵਿਕਾਰ ਕੱਢਦੀ ਹੈ। ਇਹ ਜਦੋਂ ਦਾ, ਜਦੋਂ ਦੀ ਇਹ ਸ਼ੂਨਿਆ ਤੋਂ ਹਰਕਤ ਹੋਈ ਹੈ, ਜਾਂ ਹਰਕਤ ਤੋਂ ਪਹਿਲਾਂ ਸ਼ੂਨਿਆ ਦੀ ਗੱਲ ਕਰਦੇ ਜੇ, ਇਹ ਸਿਧਾਂਤ ਉੱਠਦਾ ਹੈ ਜੀ। ਸੋ ਇਸ ਕਰਕੇ ਇਹ ਧਿਆਨ ਚ ਰੱਖੋ ਵੀ ਜਦੋਂ ਦਰਬਾਰ ਦੇ ਅੰਦਰ ਜਾਣਾ ਹੈ ਜੀ, ਉੱਥੇ ਆਪਣਾ ਇੰਡੀਆ ਵਾਲਾ ਸੈਂਟੀਮੈਂਟ ਬਾਹਰ ਰੱਖ ਕੇ ਆਓ। ਕੋਈ ਵੀ ਕੌਮੀ ਸੈਂਟੀਮੈਂਟ, ਕੋਈ ਵੀ ਦੇਸ਼ੀ ਸੈਂਟੀਮੈਂਟ ਲੈ ਕੇ ਆਵੇ ਵੀ ਜੀ ਏਦਾਂ ਨੀ ਏਦਾਂ, ਕੱਲ ਨੂੰ ਹੋਰ ਦੇਸ਼ ਦਾ ਕੋਈ ਡੈਲੀਗੇਟ ਆਏਗਾ ਉਹ ਆਪਣੇ ਝੰਡੇ ਚ ਲਿਆਏਗਾ ਸਾਡਾ ਦੇਸ਼ ਆ, ਕੱਲ ਨੂੰ ਫਿਰ ਉਹਨਾਂ ਦਾ ਮੀਡੀਆ ਕਹੇਗਾ ਜੀ ਵੇਖੋ ਹਮਾਰੇ ਜਿਹੜੇ ਫਲੈਗ ਅਪਮਾਨ ਹੋ ਗਿਆ ਜੀ, ਦਰਬਾਰ ਕੇ ਅੰਦਰ ਨਹੀਂ ਜਾਣੇ ਦੀ ਆ। ਇਹ ਸਾਰਿਆਂ ਲਈ ਮੈਸੇਜ ਹੈ ਵੀ ਦਰਬਾਰ ਦੇ ਅੰਦਰ ਕੇਵਲ ਇੱਕ ਪੀਰੀ ਦਾ, ਦੋ ਜਿਹੜਾ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਉਹ ਜਿਹੜੀਆਂ ਮੀਰੀ ਤੇ ਪੀਰੀ ਦੀਆਂ ਨਾ ਆਲਰੇਡੀ ਝੁੱਲ ਰਹੀਆਂ ਨੇ ਜੀ, ਇਸ ਕਰਕੇ ਉਹਨਾਂ ਦੇ ਸਾਹਮਣੇ ਚੈਲੰਜ ਵਾਸਤੇ ਸੰਕੇਤ ਰੂਪ ਚ ਭਾਵੇਂ ਉਹ ਮੂੰਹ ਤੇ ਬਣਾਇਆ ਹੈ ਭਾਵੇਂ ਹੱਥ ਤੇ ਬਣਾਇਆ ਹੈ ਜੀ, ਉਹ ਇੱਦਾਂ ਨਾ ਲੈ ਕੇ ਜਾਓ ਤੇ ਫਿਰ ਧੱਕਾ ਕਰੋ ਵੀ ਅਸੀਂ ਜਾਣਾ ਹੀ ਜਾਣਾ, ਤੇ ਫਿਰ ਤੁਸੀਂ ਮੀਡੀਆ ਦੀ ਜਾ ਕੇ ਸਿੰਪਥੀ ਲਓ ਤੇ ਮੀਡੀਆ ਪ੍ਰੋਪੋਗੈਂਡਾ ਕਰੇ, ਨੈਸ਼ਨਲ ਮੀਡੀਆ ਵੀ ਇਹ ਜੀ ਉਹ ਕਹਿੰਦੇ ਜੀ ਦਰਬਾਰ ਇੰਡੀਆ ਚ ਨਹੀਂ ਹੈ, ਨਹੀਂ ਹੈ ਇੰਡੀਆ ਚ, ਦਰਬਾਰ ਚ ਇੰਡੀਆ ਹੋ ਸਕਦਾ, ਦਰਬਾਰ ਇੰਡੀਆ ਚ ਨਹੀਂ ਹੈ, ਦਰਬਾਰ ਦੀ ਆਪਣੀ ਹੋਂਦ ਹੈ, ਦਰਬਾਰ ਦੀ ਆਪਣੀ ਸੋਵਰਨਟੀ, ਆਪਣੀ ਸਰਤਾਜਗੀ ਹੈ। ਇਹਦੇ ਨਾਲ ਇੱਕ ਗੱਲ ਹੋਰ ਮੈਂ ਕਹਿ ਦਿਆਂ ਜੀ, ਸਾਨੂੰ ਆਪਣੀ ਟਰਮਨੋਲੋਜੀ ਵੱਲ ਧਿਆਨ ਦੇਣ ਦੀ ਲੋੜ ਹੈ ਜੀ, ਸਭ ਤੋਂ ਪਹਿਲਾਂ ਵੀ ਇਹ ਹਰਿਮੰਦਰ ਨਹੀਂ ਹੈ, ਬਿਲਕੁਲ, ਸਭ ਤੋਂ ਪਹਿਲਾਂ ਇੱਕ ਮੈਂ ਕਾਫੀ ਚਿਰ ਪਹਿਲਾਂ ਇੱਕ ਲੇਖ ਵੀ ਲਿਖਿਆ ਸੀ ਕਾਫੀ ਵੱਡਾ, ਇਹ ਹਰਿਮੰਦਰ ਨਹੀਂ ਹੈ, 2014-15 ਦੀ ਗੱਲ ਹੈ ਜੀ, ਉਹ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਵੀ ਉਹਨੂੰ ਜ਼ਰੂਰ ਪੜ੍ਹ ਕੇ ਆਡੀਓ ਦੇ ਰੂਪ ਚ ਵੀ ਪਾ ਦਿਓ ਜੀ, ਬਿਲਕੁਲ। ਹਰਿਮੰਦਰ ਕੀ ਹੈ? ਗੁਰਬਾਣੀ ਅਨੁਸਾਰ ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ ਜੀ, ਇਹ ਹਰਿਮੰਦਰ, ਗੁਰਬਾਣੀ ਨੇ ਇਸ ਸਰੀਰ ਨੂੰ ਹਰੀ ਦਾ ਮੰਦਰ ਮੰਨਿਆ, ਮਨ ਮੰਦਰ ਤਨ ਵੇਸ ਕਲੰਦਰ, ਮਨ ਕਰ ਮੱਕਾ ਕਿਬਲਾ ਕਰ ਦੇਹੀ, ਮੱਕਾ ਵੀ ਅੰਦਰ ਜੀ, ਕਿਬਲਾ ਕਰ ਦੇਹੀ। ਸੋ ਹਰਿਮੰਦਰ ਇਹ ਸਰੀਰ ਦੇ ਰੂਪ ਦੇ ਵਿੱਚ ਹੈ, ਇਹ ਹਰਿਮੰਦਰ ਨਹੀਂ, ਇਹ ਦਰਬਾਰ ਹੈ ਜੀ। ਹਰਿਮੰਦਰ ਸ਼ਬਦ ਦਰਬਾਰ ਨੂੰ
ਜਦੋਂ ਅਸੀਂ ਇਹਦੀ ਪੈੜ ਦੱਬਦੇ ਹਾਂ ਤੇ ਇਹ ਹਰਿਮੰਦਰ ਸ਼ਬਦ ਰਾਹੀਂ ਓਵਰਟੇਕ ਕਦੋਂ ਕੀਤਾ ਗਿਆ? ਇਹ ਗੁਰਬਲਾਸ ਪਾਤਸ਼ਾਹੀ ਛੇਵੀਂ ਰਾਹੀਂ ਸਾਨੂੰ ਰੈਫਰੈਂਸ ਮਿਲਦੀ ਵੀ ਇਹ ਹਰਿਮੰਦਰ ਬਣਾਇਆ ਗਿਆ। ਉਹ ਗੁਰਬਲਾਸ ਪਾਤਸ਼ਾਹੀ ਛੇਵੀਂ ਰਾਹੀਂ ਸ਼ਰਾਰਤ ਕੀਤੀ ਗਈ ਵੀ ਇਹ ਹਰਿਮੰਦਰ ਆ। ਉਹ ਸ਼ਰਾਰਤ ਨੂੰ ਦੂਰ ਪਾਉਣ ਵਾਸਤੇ ਆਰ ਐਸ ਐਸ ਨੇ ਆਪਣੇ ਰਸਾਲੇ ਚ ਪਿੱਛੇ ਜੇ ਛਾਪਿਆ ਸੀ ਵੀ ਹਰੀ ਮੰਦਰ ਵਿਸ਼ਨੂੰ ਕਾ ਮੰਦਰ ਵੀ ਹਮਾਰਾ ਮੰਦਰ ਹੈ, ਬਿਲਕੁਲ ਆਨੇ ਵਾਲੇ ਸਮੇਂ ਮੇ ਇਸੇ ਵੀ ਛੁੜਾਏਂਗੇ। ਇਹ ਹਰਿਮੰਦਰ ਨਾਮਕਰਨ ਹੀ ਤਾਂ ਕੀਤਾ ਗਿਆ ਵੀ ਕੱਲ ਨੂੰ ਇਹ ਦਾਵਾ ਕਰ ਸਕਣ ਜੀ ਇਹ ਹਰਿਮੰਦਰ ਨਹੀਂ ਹੈ। ਦੂਸਰਾ ਇਹ ਸਵਰਨ ਮੰਦਰ ਨਹੀਂ ਹੈ ਜੀ ਜਿਹਨੂੰ ਗੋਲਡਨ ਟੈਂਪਲ ਕਹਿੰਦੇ, ਕਿਉਂਕਿ ਗੋਲਡਨ ਟੈਂਪਲ ਅੰਗਰੇਜ਼ ਆਏ, ਅੰਗਰੇਜ਼ ਦਾ ਕਨਸੈਪਟ ਟੈਂਪਲ ਦਾ ਸੀ, ਚਰਚ ਦਾ ਸੀ ਜੀ, ਗੋਲਡ ਲੱਗਾ ਵੇਖ ਕੇ ਇਹਨੂੰ ਗੋਲਡਨ ਟੈਂਪਲ ਬਣਾ ਦਿੱਤਾ। ਉਸੇ ਨੂੰ ਜਿਹੜਾ ਅਨੁਵਾਦ ਹੈ ਉਹ ਸਵਰਨ ਮੰਦਰ ਦੇ ਰੂਪ ਚ ਲੈ ਲਿਆ ਸੀ। ਆਮ ਬਾਹਰਲੀਆਂ ਸਟੇਟਾਂ ਦੇ ਵਿੱਚ ਸਵਰਨ ਮੰਦਰ ਆਖਿਆ ਜਾਂਦਾ ਜੀ, ਪਰ ਅਸੀਂ ਜੋ ਗੁਰਮਤਿ ਸਿਧਾਂਤ ਮੰਨਦਾ ਵੀ ਜੈਸੇ ਸ਼ਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਜੀ, ਵੀ 100 ਮੰਦਰ ਵੀ ਸੋਨੇ ਦੇ ਉਸਾਰ ਦੀਏ ਉਹਦੀ ਜੀਰੋ ਵੈਲਿਊ ਨਹੀਂ, ਸ਼ਬਦ ਦੀ ਵੈਲਿਊ ਹੈ। ਭਾਈ ਗੁਰਦਾਸ ਕਹਿੰਦੇ ਵੀ ਸ਼ਬਦ ਦੀ ਵੈਲਿਊ ਹੈ ਜੀ ਸਿੱਖ ਲਈ, ਸੋਨੇ ਦੇ ਮੰਦਰ ਦੀ ਵੈਲਿਊ ਨਹੀਂ ਹੈ। ਦਰਬਾਰ ਦੀ ਮਹੱਤਤਾ ਇਸ ਕਰਕੇ ਨਹੀਂ ਵੀ ਸੋਨਾ ਲੱਗਾ ਹੈ, ਉਹ ਲਾਇਆ ਰਣਜੀਤ ਸਿੰਘ ਲਾਇਆ ਦੱਸਿਆ ਵੀ ਅਸੀਂ ਵੀ ਮੀਰ ਹੁੰਦੇ ਸਾਂ, ਸਾਡੇ ਅੰਦਰ ਵੀ ਉਹ ਮੀਰੀ ਦੀ ਇੱਕ ਭਾਵ ਹੈ ਜੀ। ਸੋਨੇ ਦਾ ਕੇਵਲ ਇੰਨਾ ਕੀ ਸੰਕੇਤ ਹੈ, ਇਹੋ ਹੀ ਸਿਗਨੀਫਿਕੈਂਸ ਹੈ ਉਹਦਾ, ਪਰ ਸੋਨੇ ਕਰਕੇ ਦਰਬਾਰ ਨਹੀਂ ਹੈ ਜੀ। ਇਸ ਕਰਕੇ ਜੇ ਸੋਨੇ ਕਰਕੇ ਦਰਬਾਰ ਨਹੀਂ ਹੈ ਤੇ ਇਹਦਾ ਨਾਂ ਸੋਨੇ ਦੇ ਆਧਾਰ ਤੇ ਨਹੀਂ ਕੀਤਾ ਜਾ ਸਕਦਾ ਵੀ ਇਹ ਗੋਲਡਨ ਟੈਂਪਲ ਹੈ ਜਾਂ ਸਵਰਨ ਮੰਦਰ ਹੈ। ਸੋ ਇਹ ਨਾ ਇਹ ਹਰੀ ਮੰਦਰ ਹੈ, ਨਾ ਇਹ ਸਵਰਨ ਮੰਦਰ ਹੈ, ਨਾ ਇਹ ਗੋਲਡਨ ਟੈਂਪਲ ਹੈ, ਤੇ ਚੌਥੀ ਗੱਲ ਅਸੀਂ ਕਹਿੰਦੇ ਹਾਂ ਵੀ ਇਹ ਸਿੱਖਾਂ ਦਾ ਮੱਕਾ ਹੈ। ਇਹ ਵੀ ਸਮਝ ਲਓ ਜੀ, ਇਹ ਸਿੱਖਾਂ ਦਾ ਮੱਕਾ ਵੀ ਨਹੀਂ ਹੈ, ਇਹ ਮੱਕਾ ਵੀ ਉਹ ਹੈ ਜਿੱਥੇ ਜਾ ਕੇ ਸੰਗੀ ਅਸਵਦ ਦੀ ਇੱਕ ਪੱਥਰਗਾੜੀ ਤੁਹਾਨੂੰ ਸੀਸ ਨਵਾਉਣਾ ਪੈਂਦਾ ਹੈ, ਉਹਨੇ ਚੁੰਮਣਾ ਪੈਂਦਾ ਹੈ। ਮੱਕਾ ਵੀ ਉਹ ਆ ਜਿਹਦੀ ਜਿਹਦੀ ਜਿਹਦੇ ਦਰਸ਼ਨ ਕੁਛ ਕਰਮ ਕਾਂਡਾਂ ਤੱਕ ਸੀਮਤ ਨੇ ਜੀ। ਸੋ ਉਹਨਾਂ ਦੀ ਰਿਸਪੈਕਟ ਹੈ, ਹੋ ਸਕਦਾ ਹੈ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਤੁਮਕੋ ਤੁਹਾਰਾ ਖੂਬ, ਹਮਕੋ ਹਮਾਰਾ ਖੂਬ, ਉਹਨਾਂ ਵਾਸਤੇ ਉਹ ਖੂਬ ਹੋ ਸਕਦਾ ਹੈ, ਉਹਨਾਂ ਵਾਸਤੇ ਹਿੰਦੂ ਵਾਸਤੇ ਮੰਦਰ ਖੂਬ ਹੋ ਸਕਦਾ ਹੈ ਜੀ। ਪਰ ਜਦੋਂ ਗੱਲ ਅਸੀਂ ਆਪਣੀ ਕਰਦੇ ਹਾਂ ਤਾਂ ਸਾਡੇ ਲਈ ਸਾਡਾ ਖੂਬ ਹੈ, ਸਾਡੇ ਲਈ ਕੇਵਲ ਦਰਬਾਰ ਸਾਹਿਬ ਹੈ, ਸਾਡੇ ਲਈ ਇਹ ਦਰਬਾਰ ਹੈ ਜਿਹੜਾ ਦਰਬਾਰ ਪੋਲੀਟੀਕਲ ਤੌਰ ਤੇ ਅੰਗਰੇਜ਼ ਨੂੰ ਵੀ ਚੈਲੰਜ ਕਰਦਾ ਸੀ ਜੀ। ਲੰਡਨ ਦੀ ਪਾਰਲੀਮੈਂਟ ਦੇ ਵਿੱਚ ਦਿੱਤਾ ਪੰਜਾਬ ਦੇ ਗਵਰਨਰ ਦੀ ਜਿਹੜੀ ਰੈਫਰੈਂਸ ਸਾਡੇ ਕੋਲ ਪਈ ਹੈ, ਇਹ ਦੁਰਾਨੀ ਨੂੰ ਵੀ ਚੈਲੰਜ ਕਰਦਾ ਸੀ ਤੇ ਅੱਜ ਭਾਰਤ ਦੇ ਅੰਦਰ ਮੈਨੂੰ ਨਹੀਂ ਪਤਾ ਵੀ ਇਹ ਕਿਉਂ ਚੈਲੰਜ ਆਪਣੇ ਆਪ ਨੂੰ ਇਹਨੂੰ ਚੈਲੰਜ ਬਣਾ ਕੇ ਪੇਸ਼ ਕਰੀ ਜਾਂਦੇ ਨੇ ਜੀ। ਬਿਲਕੁਲ ਭਾਰਤ ਦੇ ਅੰਦਰ ਇਹਨਾਂ ਨੇ ਆਪ ਹੀ ਚੈਲੰਜ ਬਣਾ ਲਿਆ ਹੈ ਤੇ ਜੇ ਕਿਤੇ ਨਾ ਸਿੱਖਾਂ ਨੂੰ ਉਹਨਾਂ ਨੂੰ ਡੀਫੇਮ ਕਰਨ ਵਾਸਤੇ, ਕਰੈਕਟਰ ਅਸੈਸੀਨੇਸ਼ਨ ਕਰਨ ਵਾਸਤੇ ਇਹ ਕੋਈ ਨਾ ਕੋਈ ਐਸਾ ਟਕਵਾਂਜੜਾ ਚ ਲੈਂਦੇ ਨੇ। ਤੁਹਾਨੂੰ ਨੀ ਲੱਗਦਾ ਵੀ ਇੱਕ ਸ਼ਰਾਰਤ ਕੀਤੀ ਗਈ, ਇੱਕ ਸਾਜਿਸ਼ ਹੈ ਵੀ ਉਹ ਬੱਚੀ ਪਹਿਲਾਂ ਸਕਰਟ ਪਾ ਕੇ ਆਈ, ਉਹਨੂੰ ਮੋੜਿਆ ਗਿਆ, ਫਿਰ ਉਹ ਨਾਲ ਲੈ ਕੇ ਆਈ ਆਪਣੇ ਕਿਸੇ ਫਰੈਂਡ ਨੂੰ, ਲਿਆ ਕੇ ਦੁਬਾਰਾ ਮੂਵੀ ਬਣਾਈ ਹੈ, ਮੂਵੀ ਪਾਈ ਗਈ ਹੈ, ਫਿਰ ਨੈਸ਼ਨਲ ਮੀਡੀਆ ਨੇ ਕਿੱਡੀ ਕੁ ਵੱਡੀ ਗੱਲ ਸੀ ਇਹ, ਰੋਜ਼ ਮੋੜਦੇ ਨੇ ਸੇਵਾਦਾਰ ਉੱਥੇ ਕਈ ਐਸੇ ਤੇ ਰਾਜ ਯੋਗ ਸੱਜਣ ਜਦੋਂ ਅੰਦਰ ਆਉਂਦੇ ਨੇ ਉਹਨਾਂ ਨੂੰ ਮੋੜਿਆ ਜਾਂਦਾ ਹੈ। ਬਿਲਕੁਲ, ਮੈਂ ਉਹ ਗੱਲ ਕਰਨਾ ਚਾਹੁੰਦਾ ਸੀ, ਉੱਥੋਂ ਡੇਲੀ ਪਤਾ ਨਹੀਂ ਕਿੰਨੇ ਟੋਕਰੇ ਜਿਹੜੇ ਆ ਉਹ ਤੰਬਾਕੂ ਬੀੜੀਆਂ ਦੇ ਬਾਹਰ ਸੁੱਟੇ ਜਾਂਦੇ ਆ, ਜੇ ਸਿੱਖ ਵੀ ਇੱਦਾਂ ਚਾਹੁਣ ਦਿਖਾਉਣਾ ਚਾਹੁਣ ਇੱਦਾਂ ਦੀਆਂ ਚੀਜ਼ਾਂ ਨੂੰ ਕਿ ਕਿੰਨੀ ਮਤਲਬ ਜੇ ਮੀਡੀਆ ਦੇ ਵਿੱਚ ਲਿਆਉਣਾ ਚਾਹੁਣ ਇਸ ਚੀਜ਼ ਨੂੰ ਤਾਂ ਇੱਕ ਬਹੁਤ ਵੱਡਾ ਇਸ਼ੂ ਖੜਾ ਕਰ ਸਕਦੇ ਨੇ, ਪਰ ਨਹੀਂ ਉਹਨੂੰ ਜਿਹੜਾ ਉਹ ਚੁੱਪ ਚਾਪ ਉਹ ਟੋਕਰੇ ਸੁੱਟ ਕੇ ਤੰਬਾਕੂ ਦੇ ਬਾਹਰ ਸੁੱਟੇ ਜਾਂਦੇ ਨੇ। ਜੇ ਦੂਸਰੀ ਆਪਾਂ ਗੱਲ ਦੇਖੀਏ, ਜੇ ਇਹਨਾਂ ਨੂੰ ਦੇਸ਼ ਨਾਲ ਇੰਨਾ ਹੀ ਜ਼ਿਆਦਾ ਪ੍ਰੇਮ ਆ ਤਾਂ ਉਹ ਬੀਬੀ ਜਿਹੜੀ ਆ ਮੂੰਹ 'ਤੇ ਰੰਗ ਲਾ ਕੇ ਆਈ ਆ, ਉਹਨੂੰ ਇਹ ਨਹੀਂ ਪਤਾ ਤਿਰੰਗੇ ਝੰਡੇ ਦਾ ਜਿਹੜਾ ਰੰਗ ਕੀ ਆ, ਉਹਦੇ ਵਿੱਚ ਇੱਕ ਸਰਕਲ ਹੁੰਦਾ ਹੈ, ਉਹ ਸ਼ੋਕਾ ਚੱਕਰ ਜਿਹਨੂੰ ਕਹਿੰਦੇ ਆ, ਟ੍ਰਾਈ ਕਲਰ ਜਿਹੜੇ ਉਹ ਵੀ ਪੁੱਠੇ ਸਿੱਧੇ ਆ ਤੇ ਵਿੱਚ ਜਿਹੜਾ ਮੇਨ ਚੱਕਰ ਹੈ ਉਹ ਵੀ ਹੈ ਨਹੀਂ, ਬਿਲਕੁਲ, ਤੇ ਝੰਡਾ ਟਾਹਲੀਆ ਦਾ
ਬਿਲਕੁਲ ਮੂੰਹ ਜੀ ਤੇ ਲਾ ਕੇ ਤੇ ਦੇਸ਼ ਪ੍ਰੇਮ ਤਿਰੰਗੇ ਨੂੰ ਦਿਖਾਈ ਜਾਂਦੇ ਨੇ, ਹਾਂ ਬਿਲਕੁਲ ਇੱਥੋਂ ਤੇ ਮਤਲਬ ਕਮ ਸਿੱਧ ਸੇ ਕਮ ਹੁੰਦੀ ਹੈ। ਹਾਂ ਇੱਥੋਂ ਸਿੱਧ ਹੁੰਦੀ ਹੈ ਗੱਲ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਜਿਹਨੂੰ ਨਾਲ ਦੀ ਨਾਲ ਜਿਹੜਾ ਮੀਡੀਆ ਹਾਈਲਾਈਟ ਕਰਦਾ, ਜਿਹੜਾ ਨੈਸ਼ਨਲ ਮੀਡੀਆ ਇੱਕ ਸਿੱਖਾਂ ਦੇ ਉੱਤੇ ਜਿਹੜਾ ਇੱਕ ਧੱਬਾ ਲਾਉਣ ਦੀ ਜਾਂ ਉਹਨਾਂ ਨੂੰ ਬਦਨਾਮ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਦੇ ਵੀ ਜਿਹੜਾ ਨੈਸ਼ਨਲ ਮੀਡੀਆ ਅਜਾਈਂ ਨਹੀਂ ਜਾਣ ਦਿੰਦਾ। ਬਿਲਕੁਲ ਸੋ ਮੈਂ ਸੁਣ ਰਿਹਾ ਸੀ ਹੋਰ ਇੱਕ ਇਹਦੇ ਉੱਤੇ ਹੋਰ ਗੱਲ ਚੱਲ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਜਦੋਂ ਤੱਕ ਇਹ 2024 ਦੀਆਂ ਇਲੈਕਸ਼ਨ ਵਗੈਰਾ ਨਹੀਂ ਹੋ ਜਾਂਦੀਆਂ ਤੇ ਉਦੋਂ ਤੱਕ ਇਦਾਂ ਦੇ ਜਿਹੜੇ ਹੋਰ ਵੀ ਉੱਥੇ ਕਾਰਵਾਈਆਂ ਹੋ ਸਕਦੀਆਂ ਤਾਂ ਇਦੋਂ ਅਗਾਂਹ ਵੱਧ ਕੇ ਵੀ ਕੁਝ ਹੋ ਸਕਦਾ ਹੈ ਤੇ ਇਹਦੇ ਵਾਸਤੇ ਸਿੱਖਾਂ ਨੂੰ ਅਲਰਟ ਰਹਿਣਾ ਚਾਹੀਦਾ ਤੇ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਤੇ ਕਿਸ ਤਰ੍ਹਾਂ ਸਿੱਖਾਂ ਨੂੰ ਤੁਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਕਿ 2024 ਤੱਕ ਇਦਾਂ ਦੇ ਹਾਲਾਤ ਕੁਝ ਵੀ ਹੋ ਸਕਦੇ ਆ ਤੇ ਸਿੱਖ ਜਿਹੜੇ ਆ ਉਹ ਅਲਰਟ ਰਹਿਣ। ਦੇਖੋ ਸਭ ਤੋਂ ਪਹਿਲਾਂ ਜਿਹੜਾ ਵਾ ਨਾ ਇੱਕ ਬੁੱਧੀ ਨਾਲ ਜਿਹੜਾ ਸੰਬੰਧ ਹੈ, ਇੰਟਲੈਕਟ ਨਾਲ ਸੰਬੰਧ ਹੈ, ਉਹ ਸਾਨੂੰ ਜੋੜਨਾ ਪੈਣਾ। ਧੜੱਲਾ, ਇੰਪਲਸਿਵਨੈਸ, ਇਹਦੇ ਤੋਂ ਬਾਹਰ ਨਿਕਲਣਾ ਪੈਣਾ। ਅਸੀਂ ਜੇ ਉਹ ਸਾਨੂੰ ਪੈਨਿਕ ਕਰਕੇ ਕਿ ਕੋਈ ਵੀ ਕੇਓਸ ਕ੍ਰੀਏਟ ਕਰਕੇ, ਜੀ ਕੋਈ ਵੀ ਕੇਓਟਿਕ ਸਿਚੁਏਸ਼ਨ ਜਿਹੜੀ ਹੈ ਉਹਨਾਂ ਵਾਸਤੇ ਉਹ ਕੈਸ਼ ਹੈ। ਜੀ ਅਸੀਂ ਪੈਨਿਕ ਹੋ ਗਏ, ਇੰਪਲਸਿਵ ਹੋ ਗਏ, ਆਪ ਮੁਹਾਰੇ ਹੋ ਗਏ ਤੇ ਸਾਡਾ ਨੁਕਸਾਨ ਹੋਏਗਾ। ਜੀ ਅਸੀਂ ਸਾਵਧਾਨ ਰਹਿਣਾ ਹੈ, ਇਕਾਗਰ ਰਹਿਣਾ ਹੈ ਤਾਂ ਕਿ ਅਸੀਂ ਜਦੋਂ ਵੀ ਸਾਡੇ ਤੇ ਕੋਈ ਐਸੀ ਸਿੱਖਾਂ ਨੂੰ ਸਾਡੀ ਕੌਮ ਨੂੰ ਬਦਨਾਮ ਕਰਨ ਦੀ ਕੋਈ ਚਾਲ ਚੱਲੀ ਜਾਂਦੀ ਹੈ ਜੀ ਉਹਨੂੰ ਬੜੇ ਤਰੀਕੇ ਨਾਲ ਸਮਝ ਕੇ ਤੇ ਉਹਦਾ ਰਿਸਪੌਂਸ ਜੋ ਹੈ ਉਸੇ ਤਰੀਕੇ ਨਾਲ ਵਾਜਬ ਰਿਸਪੌਂਸ ਦਿੱਤਾ ਜਾਵੇ। ਤੇ ਜ਼ਰੂਰੀ ਨਹੀਂ ਹੁੰਦਾ ਜੀ ਹਰ ਕਿਸੇ ਨੇ ਇੰਪਲਸਿਵ ਹੋ ਕੇ ਰਿਸਪੌਂਸ ਦੇਣਾ, ਵੇਟ ਕਰ ਲਓ ਕੋਈ ਜ਼ਿੰਮੇਵਾਰ ਸੰਸਥਾ ਰਿਸਪੌਂਸ ਦੇਵੇ, ਤੁਸੀਂ ਉਹਨੂੰ ਸਪੋਰਟ ਕਰ ਦਿਓ। ਜੀ ਤੁਸੀਂ ਜ਼ਰੂਰੀ ਨਹੀਂ ਆਪ ਬੋਲਣਾ ਹੁੰਦਾ, ਤੁਸੀਂ ਕਿਸੇ ਜ਼ਿੰਮੇਵਾਰ ਸੰਸਥਾ ਰਿਸਪੌਂਸ ਦਿੰਦੀ ਹੈ, ਤੁਸੀਂ ਉਹਦਾ ਉਸ ਰਿਸਪੌਂਸ ਨੂੰ ਸਪੋਰਟ ਕਰੋ, ਉਹਨੂੰ ਸ਼ੇਅਰ ਕਰੋ, ਉਹਨੂੰ ਵੱਧ ਤੋਂ ਵੱਧ ਸਰਕੂਲੇਟ ਕਰੋ ਜੀ ਤਾਂ ਕਿ ਤੁਹਾਡੀ ਸਹਿਮਤੀ ਵਿੱਚ ਹੀ ਚੱਲ ਜਾਏ ਉਹਦੇ। ਜੀ ਸੋ ਇਹਦੇ ਚ ਨੋ ਡਾਊਟ ਵੀ ਜਿਹੜੀ ਪੋਲਰਾਈਜੇਸ਼ਨ ਹੈ ਇਹ ਇੱਕ ਬੜੀ ਗੰਦੀ ਨੀਤੀ ਹੈ ਡੈਮੋਕ੍ਰੇਟਿਕ ਸਟਰਕਚਰ ਦੇ ਅੰਦਰ, ਖਾਸ ਕਰਕੇ ਜੋ ਇੱਥੇ ਪਾਈ ਜਾਂਦੀ ਹੈ ਜੀ ਜਿਸ ਦੇਸ਼ ਨਾਲ ਅਸੀਂ ਸੰਬੰਧਿਤ ਹੈ, ਇੱਥੇ ਇਹ ਬਹੁਤ ਬੁਰੀ ਤਰ੍ਹਾਂ ਵਰਤੀ ਜਾਂਦੀ ਹੈ। ਕਦੀ ਮੁਸਲਮਾਨਾਂ ਨੂੰ ਪੋਲਰਾਈਜ਼ ਕੀਤਾ ਜਾਂਦਾ ਹੈ, ਕਦੀ ਸਿੱਖਾਂ ਨੂੰ, ਕਦੀ ਈਸਾਈਆਂ ਨੂੰ ਜੀ ਆ ਦੋ ਮਾਰ ਦਿੱਤੇ ਨੇ ਜੀ ਸ਼ਰੇਆਮ ਤੁਹਾਡੇ ਸਾਹਮਣੇ। ਬਿਲਕੁਲ ਮਾਰਨ ਵਾਲੇ ਗਲਾਂ ਦੇ ਵਿੱਚ ਜਿਹੜਾ ਬਕਾਇਦਾ ਆਈਡੀ ਕਾਰਡ ਵੀ ਪਾਈ ਫਿਰਦੇ ਨੇ। ਹੁਣ ਇਹ ਕੌਣ ਨੇ ਜੀ? ਨਾ ਮੁਸਲਮਾਨ ਨੇ ਨਾ ਸਿੱਖ ਨੇ, ਇਹ ਅੱਤਵਾਦੀ ਕਿਉਂ ਨਹੀਂ? ਘੱਟ ਗਿਣਤੀ ਅੱਤਵਾਦੀ ਹੋ ਸਕਦਾ ਹੈ ਤੇ ਜਦੋਂ ਬਹੁਤ ਗਿਣਤੀ ਦੇ ਵਿੱਚ ਸ਼ਰੇਆਮ ਮਿੱਥ ਕੇ ਕਿਸੇ ਨੂੰ ਮਾਰਿਆ ਜਾਂਦਾ ਹੈ, ਹਾਲਾਂਕਿ ਸਪਸ਼ਟ ਹੋ ਰਿਹਾ ਹੈ ਪੁਲਿਸ ਦੀ ਮੌਜੂਦਗੀ ਦੇ ਅੰਦਰ ਜਿਹੜਾ ਉਹਨਾਂ ਨੂੰ ਮਾਰਿਆ ਗਿਆ ਹੈ, ਇਹ ਮਾਰਿਆ ਨਹੀਂ ਗਿਆ, ਇਹ ਮਰਵਾਇਆ ਗਿਆ ਹੈ, ਸਪੌਂਸਰਡ ਹੈ ਕਿਲਿੰਗ। ਜੀ ਬਿਲਕੁਲ ਇਹ ਉਸੇ ਤਰ੍ਹਾਂ ਦੀ ਸਪੌਂਸਰਡ ਕਿਲਿੰਗ ਹੈ ਜਿਵੇਂ ਗੈਂਗਸਟਰਾਂ ਦੇ ਨੂੰ ਵਰਤ ਕੇ ਉਹਦੇ ਨਾਮ ਨੂੰ ਵਰਤ ਕੇ ਪਿੱਛੇ ਜੇ ਮੂਸੇ ਵਾਲੇ ਨੂੰ ਮਰਵਾ ਦਿੱਤਾ ਗਿਆ। ਜੀ ਬਿਲਕੁਲ ਸੋ ਇਹ ਇੱਕ ਸਪੌਂਸਰਡ ਕਿਲਿੰਗ ਹੈ। ਇਸ ਕਰਕੇ ਸਾਡੀ ਕੌਮ ਨੂੰ ਅਸੀਂ ਸਾਡਾ ਸੰਬੰਧ ਹੀ ਗੁਰੂ ਗ੍ਰੰਥ ਨਾਲ ਹੈ, ਵਿਜ਼ਡਮ ਨਾਲ ਹੈ, ਇੰਟਲੈਕਟ ਨਾਲ ਹੈ ਜੀ, ਸੁਰਤ ਦੀ ਡੰਗਾਈ ਨਾਲ ਹੈ, ਗਹਿਰਾਈ ਨਾਲ ਹੈ। ਇਸ ਕਰਕੇ ਸਾਡੀ ਕੌਮ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਅਸੀਂ ਬੜੇ ਤਰੀਕੇ ਨਾਲ ਰਿਐਕਟ ਕਰਿਆ ਕਰੀਏ, ਇੰਨੀ ਛੇਤੀ ਇੰਪਲਸਿਵ ਨਾ ਹੋਈਏ ਤਾਂ ਕਿ ਸਾਡੀ ਇਮੇਜ ਜਿਹੜੀ ਬਾਹਰ ਜਾਵੇ ਜੀ ਉਹ ਇੱਕ ਗਲਤ ਇਮੇਜ ਬਾਹਰ ਜਾਵੇ ਜਿਹਦਾ ਇਹ ਗੋਦੀ ਮੀਡੀਆ ਉਹਦੇ ਉੱਤੇ ਵੱਧ ਤੋਂ ਵੱਧ ਖਿੱਲੀ ਉਡਾ ਸਕ, ਹਾਲਾਂਕਿ ਅਸੀਂ ਸਹੀ ਵੀ ਹੋਈਏ ਇਹ ਖਿੱਲੀ ਉਡਾਉਂਦੇ ਨੇ। ਇਹ ਦਰਬਾਰ ਸਾਹਿਬ ਦੇ ਅੰਦਰ ਇਸ ਬੱਚੀ ਵੱਲੋਂ ਇੰਟਰ ਹੋਣ ਵਾਲੀ ਘਟਨਾ ਦੇ ਵਿੱਚ ਬਿਲਕੁਲ ਸਹੀ ਹੈ, ਅਸੀਂ ਸਾਡੀ ਪੋਜੀਸ਼ਨ ਸਹੀ ਹੈ ਜੀ। ਇੱਥੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਤੋਂ ਸਮਝ ਆਏ ਜੀ, ਪਰ ਕੰਡੀਸ਼ਨ ਉਪਦੇਸ਼ ਦੀ ਹੈ। ਜੇ ਕੋਈ ਉਪਦੇਸ਼ ਲੈਣ ਆਵੇ ਤਾਂ ਸਮਝ ਆਏ, ਬਿਲਕੁਲ ਜੇ ਕੋਈ ਆਪਣਾ ਉਪਦੇਸ਼ ਲਾਗੂ ਕਰਨ ਆਵੇ ਉਹਦੇ ਨਾਲ ਕੋਈ ਸਮਝ ਨਹੀਂ ਹੈ। ਉਹਨੂੰ ਫਿਰ ਮੋੜਵਾ ਜਵਾਬ ਦਿੰਦੇ ਹਾਂ ਵੀ ਭਾਈ ਤੇਰਾ ਤਿਰੰਗਾ ਮੂੰਹ ਤੇ ਛਪਿਆ ਇਹ ਅੰਦਰ ਨਹੀਂ ਜਾ ਸਕਦਾ, ਇੱਥੋਂ ਦਰਬਾਰ ਦੀ ਹੱਦ ਸ਼ੁਰੂ ਹੁੰਦੀ ਹੈ ਜੀ, ਇੱਥੇ ਇੰਡੀਅਨ ਕੰਸਟੀਟਿਊਸ਼ਨ ਵੀ ਖਤਮ ਹੋ ਜਾਂਦਾ ਹੈ, ਆਣ ਕੇ ਇੱਥੇ ਕੇਵਲ ਗੁਰਮਰਿਆਦਾ ਚੱਲਦੀ ਹੈ, ਸਾਡਾ ਵਿਧਾਨ, ਸਾਡਾ ਸੰਵਿਧਾਨ ਉੱਥੋਂ ਗੁਰਮਰਿਆਦਾ ਹੈ।
अंदर जान दा। वैसे से सिख दा संविधान ही गुरमर्यादा है, जी पर कम से कम जदों अहीं पब्लिक तौर ते एक डेक्लरेशन देना है उत्थों तो शुरू हो गया ना साडा जी। सो इस करके सानू बड़े ध्यान नाल रिएक्ट करन दी लोड़ है आउण वाला समा कि बहुता सही नहीं जापदा जदों भी खास करके चोणां वोटां आउणियां हुंदियां ने इन्हां नूं कोई ना कोई मुद्दा चाहीदा हुंदा है जी। भावें पुलवामा वाला वेख लो सत्यापाल की दस रहा है साडे सामने है, बिल्कुल भावें पुलवामा दा अटैक होवे ते भावें मिनोरिटी होवे जी जी ਉਹਦੇ ਵਿੱਚੋਂ ਕੁਝ ਬੰਦੇ ਰੈਡੀਕੇਟ ਕਰਨੇ ਆਪਣੀਆਂ ਆਪਣੀ ਇਲੈਕਸ਼ਨ ਵਾਸਤੇ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਜੀ, ਕਰ ਦਿੰਦੇ ਨੇ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾ ਸਕਦੀ ਬਾਅਦ ਵਿੱਚ ਸਿੰਪਥੀ ਵੀ ਲਈ ਜਾ ਸਕਦੀ ਹੈ ਜੀ, ਉਹਨਾਂ ਦੇ ਉੱਤੇ ਇੱਕ ਵੱਡੀ ਰਾਸ਼ਟਰ ਭਗਤੀ ਵੀ ਜਗਾਈ ਜਾ ਸਕਦੀ ਉਹਨਾਂ ਦੇ ਆਧਾਰ ਤੇ ਪਰ ਸਾਨੂੰ ਬਚਣ ਦੀ ਲੋੜ ਹੈ ਜੀ। ਸੋ ਸਰਦਾਰ ਪ੍ਰਭਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਦੇ ਲਈ, ਇੱਥੇ ਆਪਾਂ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।